प्यारे बच्चों मैं जसलीन कौर सरकारी कन्या सीनियर सेकेंडरी स्कूल मंसूरा विखे गणित अध्यापिका हां आज मैं तोडे ਲਈ संख्या रेखा ਅਤੇ ਇਸ ਨਾਲ ਸੰਬੰਧਿਤ ਕਿਰਿਆਵਾਂ ਲੈ ਕੇ ਪੇਸ਼ ਹੋਈ ਹਾਂ ਬੱਚਿਓ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸੂਗੀ ਕਿ સંખ્યા ਰੇਖਾ ਹੁੰਦੀ ਕੀ ਹੈ ਉਹ ਰੇਖਾ ਜਿਸ ਉੱਪਰ ਸੰਖਿਆਵਾਂ ਹੁੰਦੀਆਂ ਹਨ ਉਸ ਨੂੰ ਸੰਖਿਆ ਰੇਖਾ ਕਹਿੰਦੇ ਹਨ ਬੱਚੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਕਿ ਜ਼ੀਰੋ ਤੋਂ ਸੱਜੇ ਪਾਸੇ ਵੱਲ ਨੂੰ ਅਸੀਂ ਜਿਵੇਂ ਜਿਵੇਂ ਜਾਂਦੇ ਹਾਂ ਉਸ ਪਾਸੇ ਧਨਾਤਮਕ ਸੰਪੂਰਨ ਸੰਖਿਆਵਾਂ ਹਨ ਅਤੇ ਜ਼ੀਰੋ ਤੋਂ ਖੱਬੇ ਪਾਸੇ ਨੂੰ ਜੇ ਅਸੀਂ ਜਾਂਦੇ ਹਾਂ ਤਾਂ ਉਧਰ ਨੂੰ ਰਿਣਾਤਮਕ ਸੰਪੂਰਨ ਸੰਖਿਆਵਾਂ ਹਨ ਆਪ ਜ਼ੀਰੋ ਤੋਂ ਸੱਜੇ ਪਾਸੇ ਪੋਜ਼ਿਟਿਵ ਇੰਟੀਜਰਸ ਹਨ ਅਤੇ ਜ਼ੀਰੋ ਤੋਂ ਖੱਬੇ ਪਾਸੇ ਨੈਗੇਟਿਵ ਇੰਟੀਜਰਸ ਹਨ ਅਤੇ ਇਹ ਰੇਖਾ ਇੱਕ ਸੰਖਿਆ ਰੇਖਾ ਹੈ ਅਤੇ ਬੱਚਿਓ ਦੋਵਾਂ ਪਾਸੇ ਰੇਖਾ ਦੇ ਦੋਹਾਂ ਪਾਸੇ ਤੇ ਜੋ ਤੀਰ ਦਾ ਨਿਸ਼ਾਨ ਹੈ ਇਹ ਸਾਨੂੰ ਇਹ ਦਰਸਾ ਰਿਹਾ ਹੈ ਕਿ ਜੋ ਸੰਖਿਆਵਾਂ ਹਨ ਉਹ ਅਣਗਿਣਤ ਵੱਧਦੀਆਂ ਹਨ ਦੋਹਾਂ ਸਾਈਡਾਂ ਤੇ ਦੋਹਾਂ ਪਾਸਿਆਂ ਤੇ ਅਣਗਿਣਤ ਰੂਪ ਵਿੱਚ ਅੱਗੇ ਵੱਧਦੀਆਂ ਹਨ ਅਤੇ ਕਦੇ ਵੀ ਖਤਮ ਨਹੀਂ ਹੁੰਦੀਆਂ ਜਿਸ ਤਰ੍ਹਾਂ ਪ੍ਰਕਿਰਤਿਕ ਸੰਖਿਆਵਾਂ ਖਤਮ ਨਹੀਂ ਹੁੰਦੀਆਂ ਜਿਸ ਤਰ੍ਹਾਂ ਪੂਰਨ ਸੰਖਿਆਵਾਂ ਖਤਮ ਨਹੀਂ ਹੁੰਦੀਆਂ ਉਸ ਤਰ੍ਹਾਂ ਸੰਪੂਰਨ ਸੰਖਿਆਵਾਂ ਦੋਹਾਂ ਪਾਸਿਆਂ ਤੇ ਖਤਮ ਨਹੀਂ ਹੁੰਦੀਆਂ ਇਸ ਤੋਂ ਬਾਅਦ ਬੱਚੋ ਤੁਸੀਂ ਇਹ ਦੇਖੋਗੇ ਕਿ ਜਿੱਦਾਂ ਜਿੱਦਾਂ ਸੰਖਿਆ ਰੇਖਾ ਉੱਪਰ ਅਸੀਂ ਸੱਜੇ ਪਾਸੇ ਵੱਲ ਨੂੰ ਤੁਰ ਰਹੇ ਹਾਂ ਜਿਵੇਂ ਅਸੀਂ 8 ਤੋਂ ਇੱਕ ਕਦਮ ਸੱਜੇ ਪਾਸੇ ਨੂੰ ਗਏ ਤਾਂ ਅਸੀਂ 9 ਤੇ ਆ ਗਏ ਅਤੇ ਇੱਕ ਅੱਖਰ ਵੱਧ ਆ ਗਿਆ ਜਿਵੇਂ ਹੀ ਅਸੀਂ 9 ਤੋਂ ਇੱਕ ਕਦਮ ਹੋਰ ਅੱਗੇ ਗਏ ਸਾਡੇ ਕੋਲ 10 ਆ ਗਿਆ ਜਿਵੇਂ ਹੀ 10 ਤੋਂ ਇੱਕ ਕਦਮ ਹੋਰ ਅੱਗੇ ਨੂੰ ਗਏ 11 ਆ ਗਿਆ 11 ਤੋਂ ਇੱਕ ਕਦਮ ਹੋਰ ਅੱਗੇ ਗਏ 12 ਆ ਗਿਆ ਇਸ ਤਰ੍ਹਾਂ ਜਦੋਂ ਜਦੋਂ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ ਭਾਵ ਲੈਫਟ ਟੂ ਰਾਈਟ ਸਾਈਡ ਨੂੰ ਮੂਵ ਕਰਦੇ ਹਾਂ ਤਾਂ ਸੰਖਿਆਵਾਂ ਜੁੜਦੀਆਂ ਜਾਂਦੀਆਂ ਹਨ ਅਤੇ ਅੱਗੇ ਨੂੰ ਵੱਧਦੀਆਂ ਜਾਂਦੀਆਂ ਹਨ ਪਰੰਤੂ ਜਿਵੇਂ ਕਿ ਇੱਥਾ ਤੁਸੀਂ ਨੀਲੇ ਰੰਗ ਦਾ ਨਿਸ਼ਾਨ ਦੇਖ ਰਹੇ ਹੋ ਜਿਵੇਂ ਅਸੀਂ ਸੰਖਿਆ ਰੇਖਾ ਤੇ ਸੱਜੇ ਤੋਂ ਖੱਬੇ ਵੱਲ ਨੂੰ ਜਾਈਏ ਭਾਵ ਅਸੀਂ 6 ਤੋਂ 5 ਵੱਲ ਆਏ ਇੱਕ ਕਦਮ ਘੱਟ ਹੋ ਗਿਆ ਅਗਰ ਅਸੀਂ 5 ਤੋਂ 4 ਤੇ ਪਹੁੰਚ ਗਏ ਇੱਕ ਕਦਮ ਹੋਰ ਘੱਟ ਗਿਆ ਜੇ 4 ਤੋਂ 3 ਤੇ ਗਏ ਇੱਕ ਹੋਰ ਘਟ ਗਿਆ ਜੇ 3 ਤੋਂ 2 ਤੇ ਗਏ ਤਾਂ ਹੋਰ ਇੱਕ ਕਦਮ ਘਟ ਗਿਆ ਭਾਪ ਤੁਹਾਨੂੰ ਇਹ ਗੱਲ ਬੱਚਿਓ ਹਮੇਸ਼ਾ ਯਾਦ ਰੱਖਣੀ ਪਏਗੀ ਕਿ ਸੰਖਿਆ ਰੇਖਾ ਤੇ ਜਦੋਂ ਵੀ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਤੁਰਦੇ ਹਾਂ ਤਾਂ ਸੰਖਿਆਵਾਂ ਜੁੜਦੀਆਂ ਹਨ ਜੋੜ ਹੁੰਦਾ ਹੈ ਤੇ ਵੱਧਦੀਆਂ ਜਾਂਦੀਆਂ ਹਨ ਅਤੇ ਜਦੋਂ ਅਸੀਂ ਸੰਖਿਆ ਰੇਖਾ ਉੱਤੇ ਸੱਜੇ ਤੋਂ ਖੱਬੇ ਵੱਲ ਨੂੰ ਜਾਂਦੇ ਹਾਂ ਰਾਈਟ ਟੂ ਲੈਫਟ ਜਦੋਂ ਅਸੀਂ ਮੂਵ ਕਰਦੇ ਹਾਂ ਬੇਟੇ ਤਾਂ ਸੰਖਿਆਵਾਂ ਘਟਦੀਆਂ ਜਾਂਦੀਆਂ ਹਨ ਅਤੇ ਘਟਦੀਆਂ ਹੀ ਜਾਂਦੀਆਂ ਹਨ ਬੱਚੇ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਿੰਪਲ ਜਿਹਾ ਇੱਕ ਸਧਾਰਨ ਜਿਹਾ ਸਵਾਲ ਲੈ ਕੇ ਤੁਹਾਨੂੰ ਸੰਖਿਆ ਰੇਖਾ ਉੱਪਰ ਜੋੜ ਕਰਨਾ ਸਿਖਾਉਂਗੀ ਬੱਚੇ ਜਿਵੇਂ 8 4 ਬੱਚੇ ਦੇਖੋ ਜ਼ੀਰੋ ਤੋਂ ਅਸੀਂ 8 ਕਦਮ ਸੱਜੇ ਪਾਸੇ ਤੁਰੇ ਕਿਉਂਕਿ ਜਮਾ ਦਾ 8 ਹੈ ਅਤੇ ਫਿਰ 4 ਜੋੜਨਾ ਹੈ ਅਸੀਂ 4 ਕਦਮ ਹੋਰ ਅੱਗੇ ਨੂੰ ਗਏ ਤਾਂ ਸਾਡਾ ਜਵਾਬ 12 ਆਇਆ ਇਸ ਤਰ੍ਹਾਂ ਅਸੀਂ ਬੜੇ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਸੰਖਿਆ ਰੇਖਾ ਉੱਤੇ ਕਦਮ ਚੱਲ ਕੇ ਜੋੜ ਕਰਨਾ ਸੀ ਸਿੱਖ ਸਕਦੇ ਹਾਂ ਬੇਟਾ ਇਸ ਤੋਂ ਬਾਅਦ ਰਾਜੇ ਦੇਖੋ ਇਸੇ ਕਿਰਿਆ ਨੂੰ ਥੋੜਾ ਹੋਰ ਅੱਗੇ ਆਪਾਂ ਸਮਝ ਸਕਦੇ ਹਾਂ ਦੇਖੋ 6 3 6 ਦੇ ਉੱਪਰ ਅਸੀਂ ਘੜਿਆ ਅਸੀਂ 3 ਕਦਮ ਅੱਗੇ ਗਏ ਅਸੀਂ 9 ਤੇ ਪਹੁੰਚ ਗਏ ਇਸ ਤਰ੍ਹਾਂ 6 3 ਕਿੰਨਾ ਹੁੰਦਾ ਹੈ 9 इसो बाद बच्चे जे -6 ਵਿੱਚ ਅਸੀਂ 3 ਜੋੜਨਾ ਹੈ ॠणात्मक ਸੰਖਿਆ ਹੈ -6 ਉਸ ਵਿੱਚ ਅਸੀਂ 3 ਜੋੜਨਾ ਹੈ ਇਸਦਾ ਮਤਲਬ -6 ਤੋਂ ਅਸੀਂ 3 ਕਦਮ ਸੱਜੇ ਪਾਸੇ ਵੱਲ ਨੂੰ ਜਾਣਾ ਹੈ ਅਤੇ 3 -6 ਤੋਂ 3 ਕਦਮ ਸੱਜੇ ਪਾਸੇ ਵੱਲ ਤੁਰ ਕੇ ਗਏ ਪਹਿਲਾ ਕਦਮ ਤੁਰ ਕੇ ਗਏ ਅਸੀਂ -5 ਤੇ ਆ ਗਏ ਉਸ ਤੋਂ ਅਗਲਾ ਕਦਮ ਤੁਰਿਆ ਅਸੀਂ -4 ਤੇ ਆ ਗਏ ਇੱਕ ਕਦਮ ਅਸੀਂ ਹੋਰ ਤੁਰੇ ਸੱਜੇ ਪਾਸੇ ਨੂੰ ਤਾਂ ਅਸੀਂ -10 ਤੇ ਆਇਆ ਇਸ ਤਰ੍ਹਾਂ -6 ਵਿੱਚ 3 ਜੋੜਨ ਤੇ ਸਾਨੂੰ -3 ਪ੍ਰਾਪਤ ਹੋਇਆ ਇਸੇ ਤਰ੍ਹਾਂ ਬੇਟੇ ਜੇ ਅਸੀਂ -6 ਵਿੱਚ -3 ਨੂੰ ਜੋੜਨਾ ਹੈ ਇੱਥੇ ਜਮਾ ਮਾਈਨਸ ਹੋ ਗਿਆ ਭਾਵ ਅਸੀਂ -6 ਵਿੱਚ -3 ਕਰਨਾ ਹੈ ਭਾਵ -6 ਤੋਂ 3 ਕਦਮ ਅਸੀਂ ਖੱਬੇ ਪਾਸੇ ਨੂੰ ਜਾਣਾ ਹੈ -6 ਤੋਂ -7 ਫਿਰ -8 ਅਤੇ ਫਿਰ -9 ਤੇ ਅਸੀਂ ਪਹੁੰਚ ਜਾਂਦੇ ਹਾਂ ਇਸ ਤੋਂ ਬਾਅਦ ਬੇਟਾ ਘਟਾਓ ਕਰਨ ਦੀ ਵਿਧੀ ਆਪਾਂ ਸੰਖਿਆ ਰੇਖਾ ਉੱਤੇ ਬਹੁਤ ਹੀ ਚੰਗੇ ਤਰੀਕੇ ਨਾਲ ਬਹੁਤ ਆਸਾਨੀ ਨਾਲ ਸਮਝ ਸਕਦੇ ਹਾਂ ਬੇਟਾ ਜਦੋਂ ਵੀ ਗਣਿਤ ਨੂੰ ਕਿਰਿਆ ਵਿਧੀ ਨਾਲ ਕਰੋ ਤਾਂ ਸਾਨੂੰ ਜੋ ਸਮਝ ਆ ਜਾਂਦਾ ਹੈ ਅਤੇ ਫਿਰ ਸਾਨੂੰ ਸਵਾਲ ਬਹੁਤ ਸੌਖੇ ਲੱਗ ਜਾਂਦੇ ਹਨ ਬੱਚੇ ਦੇਖੋ ਜੇ 5 ਘਟਾਓ 2 ਤੁਸੀਂ ਛੋਟੇ ਹੁੰਦੇ ਤਾਂ ਸਿੱਖਿਆ ਹੈ ਜੇ ਸਾਡੇ ਕੋਲ 5 ਚੀਜ਼ਾਂ ਨੇ ਉਸ ਵਿੱਚੋਂ 2 ਚੀਜ਼ਾਂ ਆਪਾਂ ਕਿਸੇ ਨੂੰ ਦੇ ਦੇਈਏ ਤਾਂ ਸਾਡੇ ਕੋਲ 3 ਰਹਿ ਜਾਂਦਾ ਹੈ ਇਸੇ ਚੀਜ਼ ਨੂੰ ਅਸੀਂ ਸੰਖਿਆ ਰੇਖਾ ਤੇ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ 5 ਤੋਂ ਅਗਰ ਤੁਰਨਾ ਸ਼ੁਰੂ ਕਰੀਏ ਅਸੀਂ 2 ਕਦਮ ਪਿੱਛੇ ਨੂੰ ਜਾਵਾਂਗੇ ਖੱਬੇ ਪਾਸੇ ਨੂੰ ਤਾਂ ਸਾਡੇ ਕੋਲ 5 ਘਟਾਓ 2 3 ਪ੍ਰਾਪਤ ਹੋਇਆ ਇਸੇ ਤਰ੍ਹਾਂ ਅਗਰ ਅਸੀਂ -5 ਵਿੱਚੋਂ 2 ਘਟਾਉਣਾ ਹੈ ਤਾਂ ਪਹਿਲਾਂ ਅਸੀਂ -5 ਤੇ ਖੜੇ ਹਾਂ ਹੁਣ 2 ਘਟਾਉਣ ਵਾਸਤੇ ਸਾਨੂੰ ਸੱਜੇ ਨਹੀਂ ਸਗੋਂ ਖੱਬੇ ਨੂੰ ਜਾਣਾ ਹੈ ਅਤੇ -5 ਅਤੇ -2 ਸਾਡੇ ਕੋਲ -7 ਆ ਗਿਆ ਹੈ ਬੱਚੇ ਇਸ ਤੋਂ ਬਾਅਦ -5 -2 ਪਾਫ ਇੱਥੇ ਜੋ -2 ਚਿੰਨ ਹਨ ਇਹ ਆਪਸ ਵਿੱਚ ਜਮਾ ਹੋ ਜਾਂਦੇ ਹਨ ਇਸ ਦਾ ਮਤਲਬ -5 ਵਿੱਚ ਅਸੀਂ 2 ਜੋੜਾਂਗੇ ਅਤੇ ਜੋੜਨ ਵਾਸਤੇ ਸੀ ਕਿੱਧਰ ਦੁਰਾਂਗੇ ਬੱਚੇ ਸੱਜੇ ਪਾਸੇ ਤੋਂ -5 ਤੋਂ 2 ਕਦਮ ਸੱਜੇ ਪਾਸੇ ਤੁਰੋ ਅਸੀਂ -5 ਤੋਂ ਪਹਿਲਾਂ -4 ਤੇ ਪਹੁੰਚੇ ਫਿਰ -4 ਤੋਂ ਅਸੀਂ -3 ਤੇ ਪਹੁੰਚ ਗਏ ਤੇ ਸਾਡਾ ਜਵਾਬ ਜਿਹੜਾ ਉਹ -3 ਆ ਗਿਆ ਹੈ ਬੱਚੇ ਇਸ ਤੋਂ ਬਾਅਦ ਰਾਜੇ ਅਸੀਂ ਸੰਖਿਆ ਰੇਖਾ ਉੱਪਰ ਗੁਣਾ ਅਤੇ ਭਾਗ ਦੋਨਾਂ ਨੂੰ ਹੀ ਕਿਰਿਆ ਦੀ ਵਿਧੀ ਨਾਲ ਸਮਝਾਂਗੇ ਤਾਂ ਜੋ ਸਾਨੂੰ ਇਹਨਾਂ ਨਾਲ ਸੰਬੰਧਿਤ ਸਵਾਲ ਸੌਖੇ ਲੱਗਣ ਲੱਗ ਜਾਣਗੇ ਬੇਟੇ ਤੁਸੀਂ ਦੇਖ ਰਹੇ ਹੋ 6 3 18 ਹੁੰਦਾ ਹੈ ਸੰਖਿਆ ਰੇਖਾ ਉੱਪਰ ਜੇ ਅਸੀਂ 6 ਕਦਮ ਤੁਰੇ ਫਿਰ 6 ਕਦਮ ਹੋਰ ਤੁਰੇ ਫਿਰ 6 ਕਦਮ ਹੋਰ ਤੁਰੇ ਤਾਂ ਜਾਹਿਰ ਹੈ ਅਸੀਂ ਕਿੱਥੇ ਪਹੁੰਚਾਂਗੇ 18 ਤੇ ਇਸੇ ਤਰ੍ਹਾਂ ਇਸ ਦਾ ਮਤਲਬ 6 ਨੂੰ ਅਸੀਂ ਤਿੰਨ ਵਾਰੀ ਲਿਆ ਹੈ ਅਤੇ ਸਾਡਾ ਜਵਾਬ 18 ਆਇਆ ਹੈ ਅਤੇ ਇਸੇ ਦੇ ਉੱਪਰ ਹੀ ਅਸੀਂ ਸੰਖਿਆ ਰੇਖਾ ਉੱਪਰ ਭਾਗ ਨੂੰ ਵੀ ਦਰਸਾ ਸਕਦੇ ਹਾਂ ਇਸੇ ਹੀ ਕਿਰਿਆ ਦੇ ਦੁਆਰਾ ਬੇਟੇ ਜੇ ਅਸੀਂ 18 ਤੇ ਖੜੇ ਹੋਈਏ 0 ਤੋਂ 18 ਉੱਪਰ ਕਾੜੇ ਹੋਏ ਹੈ ਜੇ ਬੇਟਾ ਇਸ ਦੇ ਅਸੀਂ 6 ਪਾਕ ਕਰਨੇ ਹਨ ਤਾਂ ਸਾਨੂੰ 3 ਸੂਟ ਪ੍ਰਾਪਤ ਹੁੰਦੇ ਹਨ ਬੇਟੇ 3 ਸਟੈਪ ਪ੍ਰਾਪਤ ਹੁੰਦੇ ਹਨ ਤੁਸੀਂ ਦੇਖ ਰਹੇ ਹੋ 6 6 ਦੇ ਸਾਡੇ ਕੋਲ 3 ਸਟੈਪ ਪ੍ਰਾਪਤ ਹੋਏ ਇਸ ਦਾ ਮਤਲਬ 18 ਨੂੰ ਅਸੀਂ 6 ਨਾਲ ਪਾਕ ਕਰਾਂਗੇ ਸਾਨੂੰ 3 ਪ੍ਰਾਪਤ ਹੋਏਗਾ ਫਿਰ ਐਸੀ ਹੀ ਕਿਰਿਆ ਨੂੰ ਹੋਰ ਕਲੀਅਰ ਕਰਨ ਵਾਸਤੇ ਇੱਕ ਥੋੜੀ ਵੱਡੀ ਐਗਜ਼ਾਮਪਲ ਲਈ ਹੈ ਬੇਟਾ ਦੇਖੋ 0 ਤੋਂ ਅਸੀਂ 42 ਤੇ ਗਏ ਹਾਂ ਅਗਰ ਅਸੀਂ 42 ਨੂੰ 6 ਨਾਲ ਭਾਗ ਕਰੀਏ ਤਾਂ ਸਾਨੂੰ 7 ਸਟੈਪ ਪ੍ਰਾਪਤ ਹੋਏ ਹਨ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਫ਼ ਪਹਿਲਾ 6 ਫਿਰ 6 ਫਿਰ 6 ਫਿਰ 6 ਫਿਰ 6 ਫਿਰ 6 ਅਤੇ ਫਿਰ 6 ਇਹ ਸਾਨੂੰ 7 ਸਟੈਪ ਪ੍ਰਾਪਤ ਹੁੰਦੇ ਹਨ 42 ਨੂੰ 6 ਨਾਲ ਭਾਗ ਕਰਕੇ 7 ਪ੍ਰਾਪਤ ਹੁੰਦਾ ਹੈ ਇਹ ਤੁਸੀਂ ਇਸ ਕਿਰਿਆ ਦੁਆਰਾ ਦੇਖ ਸਕਦੇ ਹੋ ਇਸੇ ਤਰ੍ਹਾਂ ਇਸੇ ਕਿਰਿਆ ਉੱਪਰ ਅਸੀਂ 6t 6 7 ਦੀ ਕਿਰਿਆ ਨੂੰ ਵੀ ਦੇਖ ਸਕਦੇ ਹਾਂ ਜੇ 6 ਨੂੰ ਅਸੀਂ 7 ਨਾਲ ਗੁਣਾ ਕਰੀਏ ਭਾਗ 6 ਵਾਲਾ ਸਟੈਪ ਅਸੀਂ 7 ਵਾਰੀ ਲਈਏ ਤਾਂ 6 7 ਸਾਡਾ ਕੀ ਆਨਸਰ ਆਏਗਾ 42 ਆਨਸਰ ਆਏਗਾ ਬੇਟੇ ਇਸ ਤਰ੍ਹਾਂ ਇਹ ਨਾ ਕਿ ਰਿਆਮਾ ਦੇ ਦੁਆਰਾ ਸੀ ਸੰਖਿਆ ਰੇਖਾ ਉੱਪਰ ਜੋੜ ਘਟਾਓ ਗੁਣਾ ਅਤੇ ਭਾਗ ਚਾਰਾ ਹੀ ਫੰਕਸ਼ਨਸ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਕਿਰਿਆ ਦੇ ਰਾਹੀਂ ਕਰਕੇ ਨਾ ਸਵਾਲਾਂ ਨੂੰ ਸਮਝ ਸਕਦੇ ਹਾਂ ਬੇਟੇ ਇਸ ਤੋਂ ਬਾਅਦ ਆਖਿਰ ਤੇ ਮੈਂ ਤੁਹਾਡੇ ਵਾਸਤੇ ਜੋੜ ਅਤੇ ਘਟਾਓ ਦੇ ਨਿਯਮ ਲੈ ਕੇ ਆਈ ਹਾਂ ਬੱਚੇ ਇਹਨਾਂ ਨਿਯਮਾਂ ਨੂੰ ਅਗਰ ਤੁਸੀਂ ਧਿਆਨ ਵਿੱਚ ਰੱਖੋਗੇ ਤਾਂ ਤੁਹਾਨੂੰ ਉਹ ਜੋ ਤੁਸੀਂ ਕਿਰਿਆ ਦੁਆਰਾ ਸਿੱਖਿਆ ਹੈ ਉਹ ਤੁਸੀਂ ਨਿਯਮਾਂ ਦੇ ਦੁਆਰਾ ਵੀ ਸਮਝ ਸਕਦੇ ਹੋ ਬੱਚੇ ਜਦੋਂ ਜੋੜ ਅਤੇ ਘਟਾਓ ਸੀ ਕਰਦੇ ਹਾਂ ਜੇ ਦੋਨੋਂ ਜਮਾ ਵਾਲੀਆਂ ਰਕਮਾਂ ਹੁੰਦੀਆਂ ਹਨ ਤਾਂ ਅਸੀਂ ਜੋੜ ਕਰਕੇ ਜੋੜ ਦਾ ਚਿੰਨ ਲਗਾਉਨੇ ਆ ਜੇ ਦੋਨੋਂ ਘਟਾਓ ਵਾਲੀਆਂ ਰਕਮਾਂ ਹੁੰਦੀਆਂ ਹਨ ਤਾਂ ਅਸੀਂ ਜੋੜ ਕਰਕੇ ਘਟਾਓ ਦਾ ਚਿੰਨ ਲਗਾਉਨੇ ਆ ਜਦੋਂ ਸਾਡੇ ਕੋਲ ਉਲਟ ਚਿੰਨ ਹੁੰਦੇ ਹਨ ਪਾਵ ਇੱਕ ਜਮਾ ਇੱਕ ਘਟਾਓ ਜਾਂ ਮੂਰੇ ਘਟਾਓ ਪਿੱਛੇ ਜਮਾ ਤਾਂ ਅਸੀਂ ਘਟਾਓ ਕਰਕੇ ਵੱਡੀ ਰਕਮ ਵਾਲਾ ਚਿੰਨ ਲਗਾਉਂਦੇ ਹਾਂ ਬੱਚੇ ਇਹ ਸਾਰੇ ਸੇਮ ਰੂਲਸ ਹਨ ਜੋੜ ਅਤੇ ਘਟਾਓ ਦੇ ਬੇਟਾ ਉਸ ਤੋਂ ਬਾਅਦ ਸਾਡੇ ਕੋਲ ਆਏ ਗੁਣਾ ਅਤੇ ਭਾਗ ਦੇ ਜਦੋਂ ਅਸੀਂ ਦੋ ਜਮਾ ਵਾਲੀਆਂ ਰਕਮਾਂ ਦੀ ਗੁਣਾ ਕਰਾਂਗੇ ਜਾਂ ਭਾਗ ਕਰਾਂਗੇ ਤਾਂ ਜਿਹੜਾ ਜਵਾਬ ਆਏਗਾ ਉਹ ਹਮੇਸ਼ਾ ਜਮਾ ਦਾ ਹੀ ਹੋਏਗਾ ਕਿਉਂਕਿ ਸੰਖਿਆ ਰੇਖਾ ਉੱਪਰੋਂ ਜੋੜ ਵਾਲੇ ਪਾਸੇ ਦੂਰ ਰਹੇ ਹਨ ਪਰੰਤੂ ਜਦੋਂ ਦੋ ਘਟਾਓ ਵਾਲੀਆਂ ਰਕਮਾਂ ਦੀ ਅਸੀਂ ਗੁਣਾ ਕਰਾਂਗੇ ਤਾਂ ਸਾਡਾ ਜਵਾਬ ਜਿਹੜਾ ਉਹ ਜਮਾ ਦਾ ਹੋਏਗਾ ਭਾਵੇਂ ਤਨਾਤਮਕ ਹੋਏਗਾ ਮਾਈਨਸ ਤੇ ਮਾਈਨਸ ਨੂੰ ਅਸੀਂ ਪਲੱਸ ਨਾਲ ਡਿਨੋਟ ਕਰਾਂਗੇ ਇਸ ਤੋਂ ਬਾਅਦ ਬੇਟੇ ਜੇ ਇੱਕ ਜਮਾ ਦੀ ਰਕਮ ਅਤੇ ਇੱਕ ਘਟਾਓ ਦੀ ਰਕਮ ਦੀ ਆਪਸ ਵਿੱਚ ਅਸੀਂ ਗੁਣਾ ਕਰੀਏ ਤਾਂ ਜਿਹੜਾ ਸਾਡਾ ਜਵਾਬ ਹੋਏਗਾ ਉਹ ਮਾਈਨਸ ਦਾ ਹੋਏਗਾ ਪਲੱਸ ਮਾਈਨਸ ਮਾਈਨਸ ਔਰ ਅਗਰ ਇੱਕ ਘਟਾਓ ਤੇ ਦੂਸਰੀ ਪਲੱਸ ਦੀ ਹੋਏਗੀ ਤਾਂ ਵੀ ਗੁਣਾ ਕਰਨ ਤੋਂ ਬਾਅਦ ਜਿਹੜਾ ਸਾਡਾ ਚਿੰਨ ਹੈ ਉਹ ਘਟਾਓ ਦਾ ਹੀ ਲੱਗੇਗਾ ਤੋਂ ਤੁਸੀਂ ਬੇਟੇ ਹਮੇਸ਼ਾ ਯਾਦ ਰੱਖੋ ਪਲੱਸ 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 ਮਾਈਨਸ ਮਾਈਨਸ ਪਲੱਸ ਪਲੱਸ ਮਾਈਨਸ 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 ਪਲੱਸ ਮਾਈਨਸ ਬੱਚਿਓ ਮੈਂ ਉਮੀਦ ਕਰਾਂਗੀ ਕਿ ਤੁਹਾਨੂੰ ਸੰਖਿਆ ਰੇਖਾ ਉੱਪਰ ਸਬੰਧਿਤ ਕਿਰਿਆਵਾਂ ਬਹੁਤ ਚੰਗੇ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ